ਅੱਜ ਆਪਾਂ ਡਾਕਟਰ ਸਪੈਕਟਰਾ ਵਿੱਚ ਗੁਰਵੇਲ ਸਿੰਘ ਜੀ ਦਾ ਫੀਡਬੈਕ ਸ਼ੇਅਰ ਕਰ ਰਹੇ ਨੇ ਉਹਨਾਂ ਦੀ ਡਾਕਟਰ ਰਿਪੋਰਟ ਅਤੇ ਪ੍ਰਸਕ੍ਰਿਪਸ਼ਨ ਨਾਲ। ਆਈਏ ਸੁਣਦੇ ਨੇ ਉਹਨਾਂ ਨੇ ਆਪਣੀ ਟ੍ਰਾਈਟਰਸ ਦੀ ਪ੍ਰੋਬਲਮ ਨੂੰ ਕਿਵੇਂ ਕਿਓਰ ਕੀਤਾ। ਗੁਰਵੇਲ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਸਰ ਆਪਣਾ ਫੀਡਬੈਕ ਦੇਣ ਲਈ। ਸਰ, ਤੁਹਾਡੀ ਉਮਰ ਕਿੰਨੀ ਹੈ? ਓਕੇ, ਅਤੇ ਤੁਸੀਂ ਕਿੱਦਾਂ ਦੇ ਰਹਿਣ ਵਾਲੇ ਹੋ, ਕਿੱਥੇ ਰਹਿੰਦੇ ਹੋ? ਉੱਤਰਾਖੰਡ। ਅੱਛਾ ਸਰ, ਕਦੋਂ ਤੋਂ ਤੁਹਾਨੂੰ ਟਿਨਾਈਟਸ ਦੀ ਪ੍ਰੋਬਲਮ ਸੀ ਅਤੇ ਤੁਸੀਂ ਕਿੱਥੇ ਕਿੱਥੇ ਵਿਖਾਇਆ? ਹੈਲੋ ਸਰ, ਕਿੰਨੀ ਪੁਰਾਣੀ ਤੁਹਾਡੀ ਟਿਨਾਈਟਸ ਦੀ ਪ੍ਰੋਬਲਮ ਸੀ? ਅੱਛਾ, ਤੇ ਤੁਹਾਨੂੰ ਕੋਈ ਰੀਜ਼ਨ ਪਤਾ ਹੈ ਕਿ ਕਿਵੇਂ ਸ਼ੁਰੂ ਹੋਈ? ਰੀਜ਼ਨ ਦਾ ਇਹਦਾ ਕੋਈ ਪਤਾ ਨਹੀਂ ਚੱਲਿਆ ਜੀ। ਰਾਤ ਨੂੰ 1:30 ਵਜੇ ਤੋਂ ਚਾਲੂ ਹੋਈ ਤੇ ਫਿਰ ਮਤਲਬ 2-4 ਦਿਨ। ਅੱਛਾ ਅੱਛਾ ਅੱਛਾ, ਤੇ ਸਰ ਤੁਹਾਨੂੰ ਇਸ ਆਵਾਜ਼ ਕਰਕੇ ਕੀ ਕੀ ਪ੍ਰੋਬਲਮ ਹੁੰਦੀ ਸੀ? ਪ੍ਰੋਬਲਮ ਤੇ ਮੈਮ ਬਹੁਤ ਜ਼ਿਆਦਾ ਹੁੰਦੀ ਸੀ। ਇੱਕ ਤੇ ਸ਼ੋਰ ਗੋਲ ਇੰਨਾ ਚੁਭਦਾ ਸੀ, ਬਿਲਕੁਲ ਜਿੱਦਾਂ ਕੋਈ ਨਜ਼ਦੀਕ ਨਾਲ ਗੱਲ ਕਰਨ ਦਿਆ ਵਾ, ਹੁੰਦਾ ਬੜੀ ਦੂਰ ਵਾ ਆਵਾਜ਼ ਪਰ ਆਉਂਦੀ ਬੜੀ ਨੇੜੇ ਸੀ। ਅੱਛਾ, ਤੇ ਆਪਣਾ ਕੰਸਟ੍ਰੇਸ਼ਨ ਜੋ ਕੰਮ ਜੋ ਵਿਗੜ ਗਿਆ, ਗੁੱਸਾ ਚਿੜਚਿੜਾ, ਮਤਲਬ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਜੀ ਬਿਲਕੁਲ ਵੀ। ਅੱਛਾ ਅੱਛਾ, ਹਾਂਜੀ। ਤੇ ਤੁਹਾਨੂੰ ਸਾਡੇ ਬਾਰੇ ਕਿਵੇਂ ਪਤਾ ਚੱਲਿਆ? ਅਸੀਂ ਜੀ ਤੁਹਾਡਾ ਇਹਦੇ 'ਚ ਯੂਟਿਊਬ 'ਚ ਵੇਖਿਆ ਜੀ। ਮੈਡਮ ਨੇ ਰਾਤ ਨੂੰ 8-9 ਵਜੇ ਆਉਂਦੀ ਕਿ ਆਹ ਵੇਖੋ ਇੱਕ ਚੱਲਦੀ ਆ ਮਤਲਬ ਡਿਵਾਈਸ, ਤੇ ਇਹ ਆਪਾਂ ਟਰਾਈ ਮਾਰੀਏ। ਅੱਛਾ, ਹਾਂਜੀ। ਤੇ ਜਦ ਤੁਸੀਂ ਟ੍ਰੀਟਮੈਂਟ ਸ਼ੁਰੂ ਕੀਤਾ ਤਦ ਕਿਵੇਂ ਸੀ ਅਤੇ ਹਾਲੇ ਤੁਹਾਨੂੰ ਕਿੰਨਾ ਬੈਟਰ ਲੱਗ ਰਿਹਾ, ਕੀ ਕੀ ਚੀਜ਼ਾਂ ਵਿੱਚ ਬੈਟਰ ਲੱਗ ਰਿਹਾ? ਪਹਿਲੀ ਤੇ ਆ ਕਿ ਸ਼ੋਰ ਗੋਲ ਲਗਭਗ ਬਹੁਤ ਘੱਟ ਗਿਆ ਵਾ, ਦਿਲ ਬਹੁਤ ਡਰਦਾ ਸੀ ਉਹ ਹੁਣ ਨਹੀਂ ਇੰਨਾ ਡਰਦਾ। ਸੋਚ ਵਿਚਾਰ ਗੰਦੇ ਗੰਦੇ ਆਉਂਦੇ ਰਹਿੰਦੇ ਹੁੰਦੇ ਸੀ ਕਿ ਆ ਕੀ ਬਣੂਗਾ, ਕੀ ਹੋਊਗਾ ਦੁਨੀਆਂ ਚ, ਇਹ ਕੀ ਹੋ ਗਿਆ ਮੇਰੇ ਨਾਲ, ਉਹ ਕਾਫੀ ਹੱਦ ਤੱਕ ਖਤਮ ਹੋਇਆ। ਓਕੇ, ਤੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਤੁਹਾਡੀ ਕੁਆਲਿਟੀ ਆਫ ਲਾਈਫ ਪਹਿਲੇ ਨਾਲੋਂ ਬੈਟਰ ਹੋ ਗਈ ਹੈ? ਹਾਂਜੀ ਹਾਂਜੀ, ਬੈਟਰ ਤਾਂ ਹੋਈ ਆ ਜੀ। ਅੱਛਾ ਸਰ, ਸਰ ਜਿਵੇਂ ਤੁਹਾਨੂੰ ਪਤਾ ਤੁਹਾਡੇ ਜਿਵੇਂ ਬੜੇ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ, ਤੁਸੀਂ ਉਹਨਾਂ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਬਿਲਕੁਲ ਦੇਣਾ ਚਾਹੁੰਦਾ ਸੀ ਮੈਂ ਤੇ ਕਿ ਉਹ ਹਰ ਆਪਣੀ ਜ਼ਿੰਦਗੀ 'ਚ ਇੰਨਾ ਪੈਸਾ ਖਰਚ ਕੀਤਾ ਵਾ, ਪੈਸਾ ਵੀ ਨਹੀਂ ਖਰਚ ਇੰਨਾ ਬਿਲਕੁਲ ਨਾ ਦੇ ਬਰਾਬਰ ਵਾ, ਉਹ ਤੁਹਾਡੇ ਕੋਲ ਆਉਣ ਅਤੇ ਆਪਣਾ ਇਲਾਜ ਕਰਾਉਣ ਅਤੇ ਡਿਵਾਈਸ ਲੈਣ, ਤੁਹਾਡੀ ਜੋ ਮਸ਼ੀਨ ਵਾ ਅਤੇ ਇਹਦੇ ਨਾਲ ਮਤਲਬ ਲਾਭ ਚੁੱਕਣ। ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਸਰ। ਸਰ ਇੱਕ ਆਖਰੀ ਚੀਜ਼ ਪੁੱਛਣਾ ਚਾਹੁੰਦੀ ਹਾਂ, ਕਿਆ ਮੈਂ ਤੁਹਾਡਾ ਇਹ ਫੀਡਬੈਕ ਯੂਟਿਊਬ ਤੇ ਡਾਲ ਸਕਦੀ ਹਾਂ ਬਾਕੀ ਪੇਸ਼ੈਂਟਸ ਨੂੰ ਅਵੇਅਰਨੈਸ ਦੇਣ ਲਈ? ਬਿਲਕੁਲ ਬਿਲਕੁਲ ਜੀ ਬਿਲਕੁਲ, ਆਪ ਪਾਓ ਸਾਡੇ ਥਰੂ, ਕਿਸੇ ਦਾ ਭਲਾ ਹੋ ਜੇ ਤੇ ਪਰਮਾਤਮਾ ਦਇਆ ਕਰੇ। ਠੀਕ, ਥੈਂਕ ਯੂ ਸਰ, ਥੈਂਕ ਯੂ। ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੋ ਤੁਸੀਂ ਦੁਨੀਆ ਦਾ ਇੰਨਾ ਮਤਲਬ ਸੋਚ ਰਹੇ ਹੋ ਔਰ ਆਪਣਾ ਕੀਮਤੀ ਵਕਤ ਦੁਨੀਆ ਵਾਸਤੇ ਦੇ ਰਹੇ ਹੋ। ਜੀ ਧੰਨਵਾਦ ਸਰ, ਧੰਨਵਾਦ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ।